ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਸੁਖਣ ਸੁਨੇਹੇ। ਪਾਠ ਕੰਮ ਦਾ ਮਹੱਤਵ। ਮਨੁੱਖ ਕਦੇ ਵੀ ਕਿਸੇ ਅਜਿਹੀ ਸਮਾਜਿਕ ਪ੍ਰਣਾਲੀ ਦਾ ਨਿਰਮਾਣ ਨਹੀਂ ਕਰ ਸਕੇਗਾ ਜਿਸ ਵਿੱਚ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ। ਕੰਮ ਕਰਨਾ ਮਨੁੱਖ ਲਈ ਸਰਾਪ ਨਹੀਂ, ਸਗੋਂ ਇਹ ਤਾਂ ਜ਼ਿੰਦਗੀ ਦੇ ਅਰਥ ਲੱਭਣ ਦਾ ਇੱਕਮਾਤਰ ਸਾਧਨ ਹੈ। ਜਿਹੜੇ ਕੰਮ ਕਰਦੇ ਹਨ ਉਹ ਜਾਣਦੇ ਹਨ ਕਿ ਸੱਚੇ ਆਨੰਦ ਦੀ ਪ੍ਰਾਪਤੀ ਸੰਭਵ ਹੀ ਕੰਮ ਵਿੱਚੋਂ ਹੁੰਦੀ ਹੈ। ਮਨੁੱਖ ਦੇ ਜਨਮ ਨਾਲ ਹੀ ਉਸ ਲਈ ਕੰਮ ਵੀ ਜੰਮ ਪੈਂਦਾ ਹੈ ਅਤੇ ਸੱਚੇ ਅਰਥਾਂ ਵਿੱਚ ਕਿਸੇ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿ ਮੈਂ ਕੀ ਕੰਮ ਕਰਾਂ। ਕਈ ਨਿਕੰਮੇ ਲੋਕਾਂ ਦਾ ਜ਼ਿੰਦਗੀ ਭਰ ਇਹ ਯਤਨ ਹੁੰਦਾ ਹੈ ਕਿ ਕੰਮ ਤੋਂ ਬਚਿਆ ਕਿਵੇਂ ਜਾਵੇ। ਇਹ ਵੀ ਕੰਮ ਹੈ ਅਤੇ ਉਹ ਨਿਰੰਤਰ ਕੰਮ ਵਿੱਚ ਰੁੱਝੇ ਹੋਏ ਹਨ। ਬਹੁਤ ਘੱਟ ਲੋਕ ਅਜਿਹੇ ਹੋਣਗੇ ਜਿਹੜੇ ਕੰਮ ਕਰਨਾ ਚਾਹੁੰਦੇ ਹੋਣ ਅਤੇ ਉਹਨਾਂ ਕੋਲ ਕਿਸੇ ਪ੍ਰਕਾਰ ਦਾ ਕੰਮ ਨਾ ਹੋਵੇ। ਕਿਹਾ ਜਾਂਦਾ ਹੈ ਕਿ ਜਦੋਂ ਕੰਮ ਅਤੇ ਕਾਮਾ ਇੱਕ ਸੁਰ ਹੋ ਜਾਣ ਤਾਂ ਹੁਨਰ ਅਤੇ ਕਲਾ ਦਾ ਜਨਮ ਹੁੰਦਾ ਹੈ ਅਤੇ ਕਾਮਾ ਕਲਾਕਾਰ ਬਣ ਜਾਂਦਾ ਹੈ। ਸੱਚਾ ਆਚਾਰ ਜਾਂ ਉੱਚਾ ਚਰਿੱਤਰ ਉਸ ਸੁੱਚੇ ਕੰਮ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਜਿਹੜੇ ਲੋਕ ਬੇਰੁਜ਼ਗਾਰੀ ਦੀ ਸ਼ਿਕਾਇਤ ਕਰਦੇ ਹਨ ਅਸਲ ਵਿੱਚ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਉਹਨਾਂ ਨੂੰ ਕੰਮ ਤੋਂ ਬਿਨਾਂ ਹੀ ਤਨਖਾਹ ਮਿਲਣ ਲੱਗ ਪਵੇ। ਜੇ ਉਹਨਾਂ ਤੋਂ ਪੁੱਛਿਆ ਜਾਵੇ ਤੁਸੀਂ ਕੀ ਕਰ ਸਕਦੇ ਹੋ ਤਾਂ ਉਹ ਇਹ ਉੱਤਰ ਨਹੀਂ ਦੇਣਗੇ ਕਿ ਉਹ ਕੀ ਕਰ ਸਕਦੇ ਹਨ, ਸਗੋਂ ਕਹਿਣਗੇ ਜਿਵੇਂ ਦੂਜਿਆਂ ਨੂੰ ਤਨਖਾਹ ਮਿਲਦੀ ਹੈ ਉਵੇਂ ਹੀ ਸਾਨੂੰ ਮਿਲਣੀ ਚਾਹੀਦੀ ਹੈ। ਇੱਥੇ ਹੀ ਬਸ ਨਹੀਂ, ਉਹ ਵਿਅਕਤੀ ਵੀ ਅਜੇ ਜੰਮਣਾ ਹੈ ਜਿਹੜਾ ਆਪਣੀ ਤਨਖਾਹ ਨਾਲ ਸੰਤੁਸ਼ਟ ਹੋਵੇ ਜਾਂ ਆਪਣੇ ਕੰਮ ਨਾਲ ਪੂਰਨ ਭਾਂਤ ਪ੍ਰਸੰਨ ਹੋਵੇ। ਬੱਚਿਆਂ ਲਈ ਖੇਡਣਾ ਹੀ ਕੰਮ ਹੈ, ਵਿਦਿਆਰਥੀਆਂ ਲਈ ਪੜ੍ਹਨਾ ਹੀ ਕੰਮ ਹੈ, ਬਿਮਾਰਾਂ ਲਈ ਆਰਾਮ ਨਾਲ ਬਿਸਤਰੇ 'ਤੇ ਪਿਆ ਰਹਿਣਾ ਕੰਮ ਹੈ, ਵੇਸਵਾ ਲਈ ਸੰਭੋਗ ਹੀ ਕੰਮ ਹੈ। ਕੰਮ ਅਤੇ ਖੇਡ ਵਿਚਕਾਰ ਬੁਨਿਆਦੀ ਅੰਤਰ ਇਹ ਹੈ ਕਿ ਕੰਮ ਕਰਨ ਦੀ ਮਜਬੂਰੀ ਹੁੰਦੀ ਹੈ ਜਦੋਂ ਕਿ ਖੇਡਣ ਦੀ ਨਹੀਂ ਹੁੰਦੀ। ਇਹ ਅੰਤਰ ਵੀ ਹੈ ਕਿ ਕੰਮ ਨੂੰ ਅਸੀਂ ਮੁਕਾਉਣ ਦੀ ਦ੍ਰਿਸ਼ਟੀ ਨਾਲ ਕਰਦੇ ਹਾਂ ਜਦੋਂ ਕਿ ਖੇਡ ਨੂੰ ਅਸੀਂ ਜਾਰੀ ਰੱਖਣ ਦੇ ਉਦੇਸ਼ ਨਾਲ ਖੇਡਦੇ ਹਾਂ। ਕੰਮ ਦੇ ਸੰਦਰਭ ਵਿੱਚ ਇੱਕ ਨਿਸ਼ਚਿਤ ਨਿਸ਼ਾਨਾ ਹੁੰਦਾ ਹੈ ਜਦੋਂ ਕਿ ਖੇਡ ਦੇ ਸੰਦਰਭ ਵਿੱਚ ਕੇਵਲ ਰੁੱਝੇ ਰਹਿਣਾ ਹੀ ਉਦੇਸ਼ ਹੁੰਦਾ ਹੈ। ਜਦੋਂ ਕਿਸੇ ਖਿਡਾਰੀ ਲਈ ਖੇਡਣਾ ਹੀ ਕੰਮ ਬਣਾ ਦਿੱਤਾ ਜਾਵੇ ਤਾਂ ਉਸ ਵਿੱਚੋਂ ਮਨ ਪਰਚਾਵੇ ਦਾ ਅੰਸ਼ ਉੱਡ ਜਾਂਦਾ ਹੈ ਅਤੇ ਜਦੋਂ ਆਰਾਮ ਕਰਨਾ ਹੀ ਕੰਮ ਹੋ ਜਾਵੇ ਤਾਂ ਆਰਾਮ ਵੀ ਸਜ਼ਾ ਭਾਸਣ ਲੱਗ ਪੈਂਦਾ ਹੈ। ਪੁਰਾਤਨ ਜ਼ਮਾਨੇ ਦੇ ਉਪਜੀਵਿਕਾ ਨਾਲ ਜੁੜੇ ਕਾਰਜ ਜਿਵੇਂ ਦੌੜਨਾ, ਹੱਥੋਂ ਪਾਈ ਹੋ ਕੇ ਚੀਜ਼ ਖੋਹਣਾ, ਨੇਜਾ ਜਾਂ ਭਾਲਾ ਸੁੱਟਣਾ, ਦੂਰ ਤੱਕ ਪੱਥਰ ਵਗਾ ਕੇ ਮਾਰਨਾ, ਉੱਚੀ ਛਾਲ ਮਾਰ ਕੇ ਰੁਕਾਵਟ ਟੱਪ ਜਾਣਾ ਅਤੇ ਲੰਮੀ ਛਾਲ ਮਾਰ ਕੇ ਪਿੱਛਾ ਕਰ ਰਹੇ ਜਾਨਵਰ ਤੋਂ ਛੁਟਕਾਰਾ ਪਾਉਣਾ ਆਦਿ ਅੱਜ ਦੀਆਂ ਖੇਡਾਂ ਹਨ। ਇਵੇਂ ਹੀ ਜਿਨ੍ਹਾਂ ਨੂੰ ਅਸੀਂ ਅੱਜ ਮਨ ਪਰਚਾਵਾ ਸਮਝਦੇ ਹਾਂ ਜਿਵੇਂ ਮੱਛੀ ਫੜਨਾ, ਘੋੜ ਸਵਾਰੀ ਕਰਨੀ ਅਤੇ ਬਾਗਬਾਨੀ ਆਦਿ, ਉਹ ਗੁਜਰੇ ਜ਼ਮਾਨੇ ਵਿੱਚ ਉਪਜੀਵਿਕਾ ਦੇ ਸਾਧਨ ਹੋਇਆ ਕਰਦੇ ਸਨ। ਇਵੇਂ ਹੀ ਜਿਨ੍ਹਾਂ ਨੂੰ ਅਸੀਂ ਅੱਜ ਕੰਮ ਕਿੱਤੇ ਅਤੇ ਰੁਝੇਵੇਂ ਸਮਝਦੇ ਹਾਂ ਉਹ ਭਵਿੱਖ ਵਿੱਚ ਮਨੋਰੰਜਨ ਅਤੇ ਮਨ ਪਰਚਾਵੇ ਹੋਣਗੇ। ਹਰ ਇੱਕ ਸਦੀ ਨੇ ਮਨੋਰੰਜਨ, ਉਪਜੀਵਿਕਾ ਦੇ ਸਾਧਨਾਂ ਅਤੇ ਕੰਮਾਂ ਦੇ ਪੱਖੋਂ ਮਨੁੱਖੀ ਇਤਿਹਾਸ ਵਿੱਚ ਨਵੇਕਲਾ ਯੋਗਦਾਨ ਪਾਇਆ ਹੈ। ਕਿਸੇ ਵੀ ਦੋ ਸਦੀਆਂ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਯੂਰਪ ਦੀ ਉੱਨਤੀ ਦਾ ਕਾਰਨ ਇਹ ਹੈ ਕਿ ਉੱਥੋਂ ਦੇ ਲੋਕ ਘੋੜਿਆਂ ਵਾਂਗ ਕੰਮ ਕਰਦੇ ਹਨ। ਯੂਰਪ ਦੀ ਖੁਸ਼ਹਾਲੀ ਪਿੱਛੇ ਕਈ ਸਦੀਆਂ ਦੀ ਸਖ਼ਤ ਮਿਹਨਤ ਹੈ। ਸਾਡੇ ਦੇਸ਼ ਵਿੱਚ ਧਰਮ ਨੇ ਸਾਨੂੰ ਤਿਆਗ ਕਰਨਾ ਹੀ ਸਿਖਾਇਆ ਹੈ। ਸਾਡੀ ਹੁਣ ਸਭ ਤੋਂ ਵੱਡੀ ਮੁਸ਼ਕਲ ਇਹ ਬਣੀ ਹੋਈ ਹੈ ਕਿ ਹਰ ਵੇਲੇ ਧਾਰਮਿਕ ਰਸਮਾਂ ਵਿੱਚ ਰੁੱਝੇ ਲੋਕਾਂ ਨੂੰ ਕੰਮ ਵੱਲ ਕਿਵੇਂ ਮੋੜਿਆ ਜਾਵੇ। ਅਸੀਂ ਇੱਕ ਹੋਰ ਆਦਤ ਦਾ ਸ਼ਿਕਾਰ ਵੀ ਹੋਏ ਹਾਂ।
ਉਹ ਇਹ ਹੈ ਕਿ ਹਰ ਕੋਈ ਆਪਣੇ ਕੰਮ ਨੂੰ ਛੱਡ ਕੇ ਹੋਰ ਹੋਰ ਕੰਮਾਂ ਵਿੱਚ ਉਲਝਣ ਦੇ ਤਰਲੇ ਲੈ ਰਿਹਾ ਹੈ। ਉਪਰੋਕਤ ਰੁਚੀ ਅਸਲ ਵਿੱਚ ਕੰਮ ਤੋਂ ਬਚਣ ਦਾ ਇੱਕ ਢੰਗ ਹੀ ਹੈ। ਬਹੁਤ ਘੱਟ ਲੋਕ ਹਨ ਜਿਹੜੇ ਉਹ ਕੰਮ ਕਰ ਰਹੇ ਹਨ ਜਿਹੜਾ ਉਹਨਾਂ ਦਾ ਕੰਮ ਹੈ। ਇਸ ਦੇ ਨਾਲ ਹੀ ਕੰਮ ਨੂੰ ਮੁਲਤਵੀ ਕਰਨ ਜਾਂ ਟਾਲਣ ਦਾ ਹਰ ਸੰਭਵ ਢੰਗ ਵਰਤਿਆ ਜਾ ਰਿਹਾ ਹੈ। ਇਸ ਸਭ ਕੁਝ ਦੀ ਰੋਸ਼ਨੀ ਵਿੱਚ ਹੈਰਾਨੀ ਵਾਲੀ ਗੱਲ ਨਹੀਂ ਕਿ ਤਰੱਕੀ ਕਿਉਂ ਨਹੀਂ ਹੋ ਰਹੀ ਅਤੇ ਵਿਕਾਸ ਕਿਉਂ ਨਹੀਂ ਵਾਪਰ ਰਿਹਾ। ਇਸ ਦੇ ਨਾਲ ਹਰ ਇੱਕ ਵਿਅਕਤੀ ਨੌਕਰੀ ਵਿੱਚ ਤਰੱਕੀ ਲਈ ਤਾਂਘ ਰਿਹਾ ਹੈ ਪਰ ਤਰੱਕੀ ਨਾ ਮਿਲਣ ਨੂੰ ਬੇਇਨਸਾਫ਼ੀ ਦੱਸ ਕੇ ਹਥਲੇ ਕੰਮ ਨੂੰ ਟਾਲ ਰਿਹਾ ਹੈ। ਕੰਮ ਦੀ ਅਜਿਹੀ ਸਥਿਤੀ ਸੰਬੰਧੀ ਕਈ ਫਾਰਮੂਲੇ ਘੜੇ ਗਏ ਹਨ, ਜਿਵੇਂ ਵਿਹਲਿਆਂ ਨੂੰ ਸਲਾਹਕਾਰ ਨਿਯੁਕਤ ਕਰਕੇ ਉਹਨਾਂ ਲਈ ਕੰਮ ਪੈਦਾ ਕੀਤਾ ਜਾਂਦਾ ਹੈ। ਸਲਾਹਕਾਰ ਰਲ ਕੇ ਇੱਕ ਕਮੇਟੀ ਬਣਾਉਂਦੇ ਹਨ, ਉਸ ਕਮੇਟੀ ਲਈ ਕੰਮ ਵਧੇਰੇ ਪ੍ਰਤੀਤ ਹੁੰਦਾ ਹੈ, ਇਸ ਕਰਕੇ ਇੱਕ ਹੋਰ ਜਾਂ ਇੱਕ ਸਬ ਕਮੇਟੀ ਬਣਾਈ ਜਾਂਦੀ ਹੈ। ਇਵੇਂ ਹੀ ਕੰਮ ਨੂੰ 100% ਵਧਾਉਣ ਲਈ ਹਰ ਫਾਈਲ ਉੱਤੇ ਕਿਸੇ ਨਾ ਕਿਸੇ ਪ੍ਰਕਾਰ ਦਾ ਇਤਰਾਜ਼ ਲਾਇਆ ਜਾਂਦਾ ਹੈ। ਕੰਮ ਥੋੜ੍ਹਾ ਹੈ, ਸਮਾਂ ਜ਼ਿਆਦਾ ਹੈ, ਇਸ ਲਈ ਇਤਰਾਜ਼ ਲਾ ਕੇ ਵਿਹਲਿਆਂ ਲਈ ਕੰਮ ਪੈਦਾ ਕੀਤਾ ਜਾਂਦਾ ਹੈ। ਕਰਮਚਾਰੀਆਂ ਜਾਂ ਵਪਾਰੀਆਂ ਦੀ ਹੇਰਾਫੇਰੀ ਰੋਕਣ ਲਈ ਇੰਸਪੈਕਟਰ ਲਾਏ ਜਾਂਦੇ ਹਨ, ਇੰਸਪੈਕਟਰਾਂ ਉੱਤੇ ਫਲਾਇੰਗ ਸਕੁਐਡ ਲਾਏ ਜਾਂਦੇ ਹਨ, ਉਹਨਾਂ ਦੇ ਨਿਯੰਤਰਣ ਲਈ ਹੋਰ ਅਮਲਾ ਲਾਇਆ ਜਾਂਦਾ ਹੈ। ਜੇ ਲੋਕਾਂ ਨੂੰ ਕਿਹਾ ਜਾਵੇ ਕਿ ਇੱਕ ਪਾਸੇ ਪਈਆਂ ਇੱਟਾਂ ਜਾਂ ਫਾਈਲਾਂ ਕੰਧ ਦੇ ਦੂਜੇ ਪਾਸੇ ਸੁੱਟੀ ਜਾਓ ਪਰ ਦੂਜੇ ਪਾਸੇ ਲੋਕਾਂ ਨੂੰ ਮੁੜ ਪਹਿਲੇ ਪਾਸੇ ਸੁੱਟਣ ਲਈ ਕਿਹਾ ਜਾਵੇ ਤਾਂ ਉਹ ਤੁਹਾਡੇ ਵੱਲ ਹੈਰਾਨੀ ਨਾਲ ਵੇਖਣਗੇ। ਪਰ ਸੱਚਾਈ ਇਹ ਹੈ ਕਿ ਲੋਕਾਂ ਦੀ ਬਹੁਗਿਣਤੀ ਅਜਿਹੇ ਕੰਮਾਂ 'ਚ ਹੀ ਰੁੱਝੀ ਹੋਈ ਹੈ। ਜੇ ਡਾਕਟਰ ਕਹਿੰਦਾ ਹੈ ਕਿ ਮਰੀਜ਼ ਅਜੇ ਦਾਖਲ ਕਰਨ ਯੋਗ ਨਹੀਂ ਤਾਂ ਸਾਰਾ ਜ਼ੋਰ ਲਾ ਦਿੱਤਾ ਜਾਂਦਾ ਹੈ ਕਿ ਮਰੀਜ਼ ਦਾਖਲ ਕੀਤਾ ਜਾਵੇ। ਜੇ ਡਾਕਟਰ ਕਹਿੰਦੇ ਹਨ ਮਰੀਜ਼ ਅਜੇ ਛੁੱਟੀ ਦੇਣ ਯੋਗ ਨਹੀਂ ਤਾਂ ਸਾਰਾ ਜ਼ੋਰ ਲਾ ਦਿੱਤਾ ਜਾਂਦਾ ਹੈ ਕਿ ਛੁੱਟੀ ਲੈਣੀ ਹੈ। ਇਹੀ ਹਾਲ ਬਾਕੀ ਖੇਤਰਾਂ ਵਿੱਚ ਹੈ। ਜੋ ਕੁਝ ਵੀ ਯੋਗ ਸਹੀ ਢੁਕਮਾਂ 'ਤੇ ਲੋੜੀਂਦਾ ਹੈ ਉਹ ਨਹੀਂ ਕੀਤਾ ਜਾ ਰਿਹਾ, ਜੋ ਯੋਗ ਨਹੀਂ ਸਾਰਾ ਜ਼ੋਰ ਉਸ ਉੱਤੇ ਲੱਗ ਰਿਹਾ ਹੈ। ਹਰ ਇੱਕ ਵਿਅਕਤੀ ਨੌਕਰੀ ਵਿੱਚ ਆਪਣੀ ਯੋਗਤਾ ਦੀ ਪੱਧਰ ਤੱਕ ਤਰੱਕੀ ਪ੍ਰਾਪਤ ਕਰਨੀ ਚਾਹੁੰਦਾ ਹੈ। ਇਸ ਸਿਧਾਂਤ ਦੇ ਅਰਥ ਇਹ ਹਨ ਕਿ ਹਰ ਇੱਕ ਵਿਅਕਤੀ ਉਸ ਪਦਵੀ ਲਈ ਤਾਂਘ ਰਿਹਾ ਹੈ ਜਿਸ ਦੇ ਅਸਲ ਵਿੱਚ ਉਹ ਯੋਗ ਨਹੀਂ। ਉਸ ਪਦਵੀ ਉੱਤੇ ਲੱਗ ਕੇ ਅਜਿਹਾ ਵਿਅਕਤੀ ਆਪਣੀ ਯੋਗਤਾ ਛੁਪਾਉਣ ਲਈ ਚਲਿੱਤਰ ਕਰਨ ਲੱਗ ਪੈਂਦਾ ਹੈ ਅਤੇ ਧੜੇਬੰਦੀਆਂ ਪਾਲਦਾ ਹੈ। ਇਹ ਸਭ ਯਤਨ ਉਸ ਵੱਲੋਂ ਕਿਸੇ ਨਾ ਕਿਸੇ ਤਰੀਕੇ ਆਪਣੀ ਯੋਗਤਾ ਛੁਪਾਉਣ ਦੇ ਉਪਰਾਲੇ ਹੀ ਹੁੰਦੇ ਹਨ। ਇਸ ਦੇ ਨਾਲ ਹੀ ਆਮ ਕਰਕੇ ਕੰਮ ਨੂੰ ਇਸ ਢੰਗ ਨਾਲ ਉਲਝਾਇਆ ਜਾਂਦਾ ਹੈ ਤਾਂ ਜੋ ਉਲਝਾਉਣ ਵਾਲਾ ਵਿਅਕਤੀ ਹੀ ਉਸ ਨੂੰ ਸੁਲਝਾ ਸਕੇ। ਇਹ ਕੰਮ ਨਾ ਕਰਨ ਦਾ ਇੱਕ ਹੋਰ ਢੰਗ ਹੈ। ਹਰ ਖੇਤਰ ਵਿੱਚ ਤੱਥਾਂ ਨੂੰ ਅੰਕੜਿਆਂ ਵਿੱਚ ਛੁਪਾਇਆ ਜਾ ਰਿਹਾ ਹੈ, ਨਤੀਜੇ ਸਾਹਮਣੇ ਰੱਖ ਕੇ ਅੰਕੜੇ ਤਰੋੜੇ ਮਰੋੜੇ ਜਾ ਰਹੇ ਹਨ। ਅਜੋਕੇ ਯੁੱਗ ਵਿੱਚ ਅਦਾਲਤਾਂ ਵਿੱਚ ਮੁਕੱਦਮੇਬਾਜ਼ੀ ਅਤੇ ਅਦਾਲਤੀ ਕਾਰਵਾਈ ਨੂੰ ਇਸ ਹੱਦ ਤੱਕ ਗੁੰਝਲਦਾਰ ਬਣਾ ਦਿੱਤਾ ਗਿਆ ਹੈ ਕਿ ਜੇ ਚਾਹੁਣ ਤਾਂ ਲੋਕ 700 ਸਾਲ ਤੱਕ ਇੱਕੋ ਮੁਕੱਦਮਾ ਲੜ ਸਕਦੇ ਹਨ। ਸਾਡਾ ਸਾਰਾ ਰਾਸ਼ਟਰ ਅਜਿਹੇ ਤਾਣਿਆਂ ਬਾਣਿਆਂ ਵਿੱਚ ਉਲਝਿਆ ਪਿਆ ਹੈ। ਕੌਣ ਕਹਿੰਦਾ ਹੈ ਕਿ ਸਾਡੇ ਦੇਸ਼ ਵਿੱਚ ਕੁਝ ਹੋ ਨਹੀਂ ਰਿਹਾ? ਮੁੱਖ ਤੌਰ ਉੱਤੇ ਕੰਮ 3 ਪ੍ਰਕਾਰ ਦੇ ਹੁੰਦੇ ਹਨ। ਮੁੱਢਲਾ ਕੰਮ ਪਦਾਰਥ ਦੇ ਰੂਪ ਨੂੰ ਬਦਲਣਾ ਹੁੰਦਾ ਹੈ। ਜਿਹੜੇ ਲੋਕ ਖੇਤਾਂ ਵਿੱਚ ਭੱਠਿਆਂ ਉੱਤੇ ਸਰੀਰਕ ਕੰਮਾਂ 'ਚ ਲੱਗੇ ਹੋਏ ਹਨ ਉਹ ਆਪਣੀ ਧਰਤੀ ਦੇ ਨੇੜੇ ਹਨ, ਗਰੀਬ ਹਨ, ਪਛੜੇ ਹੋਏ ਹਨ। ਇਹਨਾਂ ਨੂੰ ਹੀ ਕਾਮੇ ਮਜ਼ਦੂਰ ਕਿਹਾ ਜਾਂਦਾ ਹੈ। ਦੂਜਾ ਕੰਮ ਬੌਧਿਕ ਸ਼ਕਤੀ ਨੂੰ ਵਰਤਣ ਦਾ ਹੈ ਅਤੇ ਇਸ ਕੰਮ ਵਿੱਚ ਰੁੱਝੇ ਹੋਏ ਲੋਕ ਚੰਗੇ ਘਰਾਂ 'ਚ ਰਹਿਣ, ਚੰਗਾ ਭੋਜਨ ਖਾਣ 'ਚ ਅਤੇ ਚੰਗਾ ਪਹਿਨਣ ਵਿੱਚ ਲੱਗੇ ਹੋਏ ਹਨ। ਇਸ ਵਰਗ ਦੇ ਲੋਕਾਂ ਨੇ ਜੰਮਣ, ਵਿਆਹ, ਮਰਨ ਆਦਿ ਨੂੰ ਕੰਮਾਂ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਆਮਦਨ ਦੇ ਸਾਧਨ ਬਣਾ ਲਿਆ ਹੈ। ਕਿਸੇ ਦੇ ਜੰਮਣ ਵਿੱਚ ਸਹਾਈ ਹੋਣ ਵਾਲਿਆਂ ਨੂੰ ਡਾਕਟਰ,
ਦਵਾ ਫਰੋਸ਼, ਨਰਸਾਂ, ਦਾਈਆਂ ਆਦਿ ਕਹਿੰਦੇ ਹਨ। ਵਿਆਹ ਵਿੱਚ ਸਹਾਈ ਹੋਣ ਵਾਲੇ ਬਜਾਜ, ਦਰਜੀ, ਸੁਨਿਆਰੇ, ਖਾਨਸਾਮੇ, ਹਲਵਾਈ, ਪੰਸਾਰੀ ਅਖਵਾਉਂਦੇ ਹਨ। ਸਪੱਸ਼ਟ ਹੈ ਕਿ ਮੁੱਖ ਤੌਰ ਉੱਤੇ ਕੰਮ ਤਿੰਨ ਪ੍ਰਕਾਰ ਦੇ ਹਨ, ਪਦਾਰਥ ਦਾ ਰੂਪ ਬਦਲਣਾ, ਸੇਵਾਵਾਂ ਪ੍ਰਦਾਨ ਕਰਨਾ ਅਤੇ ਕਿਸੇ ਨਾ ਕਿਸੇ ਬੌਧਿਕ ਕਾਰਜ ਵਿੱਚ ਰੁੱਝਣਾ। ਪਹਿਲੀ ਕਿਸਮ ਦੇ ਲੋਕ ਆਪਣਾ ਪੇਟ ਭਰਨ ਦੀ ਚਿੰਤਾ ਨਾਲ ਦੁਖੀ ਹਨ। ਦੂਜੀ ਤੀਜੀ ਪ੍ਰਕਾਰ ਦੇ ਲੋਕ 5 ਰੋਜ਼ਾ ਕ੍ਰਿਕਟ ਮੈਚ ਖੇਡਣ ਅਤੇ ਵੇਖਣ ਵਿੱਚ ਮਗਨ ਹਨ। ਵੇਖਣ ਨੂੰ ਸਾਰੇ ਕੰਮ ਵਿੱਚ ਲੱਗੇ ਹੋਏ ਹਨ। ਪਹਿਲਾਂ ਘਰ ਹੀ ਛੋਟੇ ਛੋਟੇ ਉਦਯੋਗ ਸਨ, ਪਰ ਹੁਣ ਘਰ ਉਪਭੋਗਤਾ ਕੇਂਦਰ ਬਣ ਕੇ ਰਹਿ ਗਏ ਹਨ। ਉਦਯੋਗੀਕਰਨ ਨਾਲ ਨਵੀਆਂ ਸ਼ਕਤੀਆਂ ਅਤੇ ਅਮੀਰੀਆਂ ਜਨਮੀਆਂ ਹਨ ਅਤੇ ਨਾਲ ਹੀ ਨਵੀਆਂ ਗਰੀਬੀਆਂ ਸਾਹਮਣੇ ਆਈਆਂ ਹਨ। ਮਸ਼ੀਨੀਕਰਨ ਨਾਲ ਮਜ਼ਦੂਰ ਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ ਰਹੀ, ਸੋ ਇਹ ਉਸ ਦੀ ਮਾਨਸਿਕ ਗਰੀਬੀ ਦਾ ਆਰੰਭ ਸਾਬਿਤ ਹੋਇਆ ਹੈ। ਜਿਤਨਾ ਕਿਸੇ ਨੂੰ ਵੱਧ ਤੋਂ ਵੱਧ ਮੂਰਖ ਅਤੇ ਉਜੱਡ ਬਣਾਇਆ ਜਾ ਸਕਦਾ ਹੈ, ਉਹ ਮਸ਼ੀਨਾਂ ਨੇ ਮਜ਼ਦੂਰਾਂ ਨੂੰ ਬਣਾ ਦਿੱਤਾ ਹੈ। ਮਸ਼ੀਨਾਂ ਦੀ ਆਵਾਜ਼ ਮਜ਼ਦੂਰਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਤੋਂ ਰੋਕਦੀ ਹੈ। ਇਸ ਬੋਰੀਅਤ ਤੋਂ ਛੁਟਕਾਰਾ ਪਾਉਣ ਲਈ ਉਹ ਸ਼ਰਾਬ ਪੀਂਦੇ ਹਨ ਅਤੇ ਨਸ਼ੇ ਕਰਦੇ ਹਨ। ਉਹਨਾਂ ਕੋਲ ਮਨ ਪਰਚਾਵੇ ਦੇ ਮਹਿੰਗੇ ਸਾਧਨ ਹੰਢਾਉਣ ਲਈ ਸਰਮਾਇਆ ਨਹੀਂ, ਇਸ ਲਈ ਪਤਨੀਆਂ ਨਾਲ ਸੰਭੋਗ ਹੀ ਉਹਨਾਂ ਦਾ ਮਨ ਪਰਚਾਵਾ ਹੋ ਨਿਬੜਦਾ ਹੈ। ਮਜ਼ਦੂਰ ਇਸ ਲਈ ਗਰੀਬ ਹਨ ਕਿਉਂਕਿ ਉਹਨਾਂ ਦੇ ਬੱਚੇ ਜ਼ਿਆਦਾ ਹੁੰਦੇ ਹਨ ਅਤੇ ਬੱਚੇ ਵਧੇਰੇ ਹੋਣ ਕਰਕੇ ਹੀ ਉਹ ਗਰੀਬ ਰਹਿੰਦੇ ਹਨ। ਇਹ ਇੱਕ ਅਜਿਹਾ ਚੱਕਰ ਹੈ ਕਿ ਮਜ਼ਦੂਰ ਚਰੱਖੜੀ 'ਤੇ ਚੜ੍ਹਿਆ ਰਹਿੰਦਾ ਹੈ। ਵਿਗਿਆਨੀਆਂ ਦਾ ਕਾਢਾਂ ਨਾਲ ਮਤਲਬ ਹੈ, ਬੰਦਿਆਂ ਨਾਲ ਨਹੀਂ, ਜਿਵੇਂ ਕਲਰਕਾਂ ਦਾ ਫਾਈਲਾਂ ਨਾਲ ਮਤਲਬ ਹੈ, ਵਿਅਕਤੀਆਂ ਨਾਲ ਨਹੀਂ। ਇਵੇਂ ਹੌਲੀ ਹੌਲੀ ਕੰਮ ਉਵੇਂ ਹੀ ਅਰਥਹੀਣ ਹੋਣ ਲੱਗ ਪੈਂਦਾ ਹੈ, ਜਿਵੇਂ ਪੁਰਾਣੇ ਸਿਲੇਬਸ ਨਿਰਾਰਥਕ ਹੋ ਜਾਂਦੇ ਹਨ। ਹੌਲੀ ਹੌਲੀ ਪ੍ਰਸੰਨ ਹੋ ਕੇ ਕੰਮ ਕਰਨ ਅਤੇ ਦਿਲਚਸਪੀ ਨਾਲ ਪੜ੍ਹਨ ਦੀ ਰੁਚੀ ਹੀ ਖਤਮ ਹੋ ਜਾਂਦੀ ਹੈ। ਇਵੇਂ ਕੰਮ ਜਿਹੜਾ ਜੀਵਨ ਦੀ ਮੁੱਖ ਟੇਕ ਹੁੰਦਾ ਹੈ, ਜਿਉਂਦੇ ਰਹਿਣ ਦਾ ਪੈਂਤੜਾ ਹੁੰਦਾ ਹੈ, ਆਨੰਦ ਪ੍ਰਾਪਤੀ ਦਾ ਸੋਮਾ ਹੁੰਦਾ ਹੈ, ਜ਼ਿੰਦਗੀ ਦੇ ਅਰਥ ਲੱਭਣ ਦਾ ਸਾਧਨ ਹੁੰਦਾ ਹੈ, ਉਹ ਇੱਕ ਸਰਾਪ ਬਣ ਜਾਂਦਾ ਹੈ ਜਿਸ ਤੋਂ ਹਰ ਕੋਈ ਬਚਣਾ ਚਾਹੁੰਦਾ ਹੈ। ਅਜੋਕੀ ਪੀੜ੍ਹੀ ਬੜੀ ਮਿਹਨਤ ਨਾਲ ਕੰਮ ਤੋਂ ਬਚਣ ਦੇ ਨਵੇਂ ਤੋਂ ਨਵੇਂ ਢੰਗ ਲੱਭਣ ਵਿੱਚ ਮਗਨ ਹੈ। ਇਸੇ ਕਰਕੇ ਉਹ ਡੂੰਘੇ ਅਤੇ ਵਿਸ਼ਾਲ ਜੀਵਨ ਅਨੁਭਵ ਤੋਂ ਵਿਰਵੀ ਹੈ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਔਨਲਾਈਨ ਔਡਰ ਕਰਨਾ ਚਾਹੁੰਦੇ ਹੋ, ਇਸਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।